घर के बाहर गड्डी खड़ी करना पै जाएगा महंगा, कितने तुसी भी ना हो जाना शरारती अंसरां दा शिकार। मामला जलंधर के थाना भारगो कैंप इलाके का है, जिते गुंडागर्दी रुकन का नाम नहीं लै रही। ते 6 तो 7 मोटरसाइकिल से आए 15 तो 20 नौजवानों वालों घर के बाहर खड़े वाहनों की भनतोड़ कर दी गई, जिस कई कारां के शीशे तक तोड़ दिए गए, जिस तो बाद परिवार वालों कार्रवाई की मांग की जा रही है। इस मामले च सीसीटीवी तस्वीर भी सामने आईया ने, जिस मोटरसाइकिल सवार नौजवान देखे जा सकते हैं। इस संबंधी थाना भारगो कैंप के लोगों का कहना है कि देर रात कुछ नौजवान मोटरसाइकिलों पर सवार होकर आए थे, उन्होंने वालों ये भनतोड़ की गई है, जिस उन्हों का काफ़ी नुकसान होया है। की नाम अपना जी? पवन कुमार। किड़ी जगह तो? भारगो कैंप। की मामला क्या जरा देर रात होया सारा भाई? रात 1:45 7 मोटरसाइकिल आए ने स्पलेंडर, 7 नवे ही, तो उन्होंने आके सारी गली दी गड्डियां नूं ईटां मारियां, एक्टिवा तोड़ियां, 5-6 गड्डियां भी तोड़ियां, मोटरसाइकिल भी तोड़े ने। ਤੁਹਾਡਾ ਕਿੰਨਾ ਨੁਕਸਾਨ ਹੋ ਗਿਆ ਗੱਡੀ ਦਾ? ਅਗਲਾ ਫਰੰਟ ਸ਼ੀਸ਼ਾ ਟੁੱਟਾ, ਡੈਂਟ ਪਏ ਜੀ। ਅਤੇ ਪਤਾ ਲੱਗਾ ਕੌਣ ਲੋਕ ਕੈਮਰੇ 'ਚ ਫੋਟੋ ਆਈ ਸੀਸੀਟੀਵੀ ਉਹਨਾਂ ਨੇ? ਉਹ ਤਾਂ ਕੈਮਰੇ 'ਚ ਤਾਂ ਆ ਗਈ, ਬਾਕੀ ਪਛਾਣੇ ਜਾਣਗੇ ਪੁਲਿਸ ਵਾਲੇ ਪਛਾਣਨਾ। ਪੁਲਿਸ ਕੰਪਲੇਂਟ ਕਰਤੀ ਹੈ? ਪੁਲਿਸ ਕੰਪਲੇਂਟ ਰਾਤੀ ਹੋ ਗਈ। ਥਾਣਾ ਕਿਹੜਾ ਪੈਂਦਾ? ਥਾਣਾ ਭਾਰਗੋ ਕੈਂਪ। ਠੀਕ ਹੈ। ਨਾਮ ਆਪਣਾ? ਮੇਰਾ ਨਾਮ ਬਲਵਿੰਦਰ ਕੁਮਾਰ। ਕਿਹੜੀ ਜਗ੍ਹਾ ਤੋਂ? ਭਾਰਗੋ ਕੈਂਪ। ਜਿਹੜਾ ਦੇਰ ਰਾਤ ਮਾਮਲਾ ਹੋਇਆ, ਜਿਹੜਾ ਕੀ ਹੈ, ਕੀ ਸਾਰਾ ਮਾਮਲਾ? ਜਿਹੜੇ ਆਪਾਂ ਸੁੱਤੇ ਤੇ ਸੀ ਅੰਦਰ ਸਾਰੇ ਜਣੇ, ਪਤਾ ਨਹੀਂ ਆਵਾਜ਼ ਆਈ ਬਾਹਰ, ਪਹਿਲੇ ਆਪਾਂ ਨਾਲ ਹੀ ਜਦੋਂ ਨਿਕਲੇ ਆ ਉਦੋਂ ਨਿਕਲ ਗਏ ਸੀ ਮੁੰਡੇ, ਪਰ ਇਹ ਗਏ ਮੋਟਰਸਾਈਕਲ 'ਤੇ ਲੱਭਾ ਲੁੱਭਾ ਤੇ ਆਏ ਨਹੀਂ ਪਿੱਛੇ। ਪਤਾ ਲੱਗਾ ਕਿੰਨੇ ਜਾਣੇ ਟੋਟਲੋਂ? ਉਹ ਹੈਗੇ ਸੀ ਕੋਈ 7 ਕੁ ਮੋਟਰਸਾਈਕਲ ਸੀ, ਕੀ ਜਿਹੜੇ 3-3 ਜਣੇ ਬੈਠੇ ਤੇ, 3-3 ਜਣੇ। ਕੋਈ ਸਿਸਟੀ ਫੋਟੋ ਵਗੈਰਾ ਵੀ ਆਈ ਸਾਹਮਣੇ? ਹਾਂ ਆਏ ਕੈਮਰਾ। ਅਤੇ ਪੁਲਿਸ ਕੰਪਲੇਂਟ ਕਰਤੀ ਸੀ? ਹਾਂ ਕਰਤੀ ਕਰਤੀ ਹੈ। ਆਪਣਾ ਨਾਮ ਬੋਲਦੀ ਬਾਈ? ਮੇਰਾ ਨਾਮ ਬਲਵਿੰਦਰ ਕੁਮਾਰ। ਠੀਕ ਹੈ ਬਾਈ। ਹਾਂਜੀ, ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਗਲੀ 'ਚ ਖੜੀਆਂ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਇਹਨਾਂ ਸ਼ਰਾਰਤੀ ਅੰਸਰਾਂ ਦੇ ਵੱਲੋਂ ਤੋੜ ਦਿੱਤੇ ਗਏ। ਉਹਨਾਂ ਦੱਸਿਆ ਕਿ ਰਾਤ ਸਮੇਂ ਹੀ ਪੁਲਿਸ ਨੂੰ ਇਸ ਦੀ ਸੂਚਨਾ ਵੀ ਦਿੱਤੀ ਗਈ, ਜਿਸ 'ਚ ਪੁਲਿਸ ਵੱਲੋਂ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਸੁਦੇਸ਼ ਕੁਮਾਰ। ਕਿਹੜੀ ਜਗ੍ਹਾ ਤੋਂ? ਭਾਰਗੋ ਕੈਂਪ ਤੋਂ। ਸਰ ਕੀ ਮਾਮਲਾ ਕੀ ਹੈ ਦੇਰ ਰਾਤ ਸਰ? ਜਿਹੜਾ ਸਰ ਲੇਟ ਨਾਈਟ ਕੋਈ 1:30 ਦੇ ਕਰੀਬ ਕਰੀਬ 6-7 ਮੋਟਰਸਾਈਕਲ 'ਤੇ ਮੁੰਡੇ ਇਕੱਠੇ ਹੋ ਕੇ ਆਏ ਆ, ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਨੇ, ਕਿਹਾ ਕਿ ਗੱਡੀਆਂ ਖੜੀਆਂ ਹੈ। ਕਰੀਬ ਕਿੰਨੀਆਂ ਗੱਡੀਆਂ ਦਾ ਨੁਕਸਾਨ ਕੀਤਾ ਸਰ? ਇਹਨਾਂ ਨੇ ਘੱਟੋ ਘੱਟ ਪੂਰੀ ਗਲੀ ਦੇ ਵਿੱਚ ਜਿੰਨੀਆਂ ਵੀ ਕਾਰਾਂ ਸੀਗੀਆਂ 3-4, ਸਭ ਦੇ ਫਰੰਟ ਸ਼ੀਸ਼ੇ, ਸਾਈਡ ਸ਼ੀਸ਼ੇ, ਕੋਈ ਸਕੂਟਰ ਨਜ਼ਰ ਆ ਰਿਹਾ, ਸਕੂਟਰ ਦੇ ਹੈੱਡਲਾਈਟਸ, ਬਾਈਕ ਤੋੜਦੇ ਗਏ ਅੱਗੇ। ਜਿਹੜੇ ਲੋਕ ਵਾਰਦਾਤ ਕਰ ਰਹੇ ਉਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਫੋਟੋ ਉਹਨਾਂ ਦੀ ਕੋਈ? ਹਾਂ, ਉਹਨਾਂ ਦੀ ਕੈਦ ਹੋਈਆਂ ਦੀਆਂ ਫੋਟੋਆਂ। ਅਤੇ ਆਪਣਾ ਇਸ ਮਾਮਲੇ ਬਾਰੇ ਪੁਲਿਸ ਨੂੰ ਕੰਪਲੇਂਟ ਦਿੱਤੀ? ਹਾਂ, ਨਾਈਟ 'ਤੇ ਪੁਲਿਸ ਆਫਿਸਰ ਆਏ ਸੀਗੇ, PCR ਗੱਡੀ 55-56 ਨੰਬਰ ਦੱਸਦੇ ਪਏ ਸੀ, ਉਹ ਵੀ ਸੀਗੀ ਗੱਡੀ, ਅਤੇ ਇੰਸਪੈਕਟਰ ਹਰਦਿਆਲ ਸਿੰਘ ਵੀ। ਥਾਣਾ ਕਿਹੜਾ ਪੈਂਦਾ ਜੀ? ਆਪਾਂ ਨੂੰ ਭਾਰੋ ਕਿਉਂ ਥਾਣਾ ਲੱਗਦਾ। ਠੀਕ ਹੈ ਜੀ। ਕੀ ਨਾਮ ਆਪਣਾ ਜੀ? ਮੇਰਾ ਨਾਮ ਹੈ ਭਾਅ ਜੀ ਅਮਨਦੀਪ। ਕਿਹੜੀ ਜਗ੍ਹਾ ਤੋਂ ਬਾਈ? ਮੈਂ ਭਾਰਗੋ ਨਗਰ। ਕੀ ਮਾਮਲਾ ਜਿਹੜਾ ਦੇਰ ਰਾਤ ਹੋਇਆ ਸਰ? ਮਾਮਲਾ ਭਾਅ ਜੀ ਰਾਤ ਨੂੰ ਤਕਰੀਬਨ 1:15 ਵਜੇ ਟਾਈਮ ਸੀਗਾ, 7-8 ਮੋਟਰਸਾਈਕਲ ਸੀਗੇ ਮੁੰਡੇ, ਬਹੁਤ ਸਪੀਡ ਨਾਲ ਆ ਰਹੇ, ਪਿੱਛੋਂ ਗੱਡੀਆਂ ਤੋੜਦੇ ਆਏ ਆ, ਤੁਹਾਡੇ ਸਾਹਮਣੇ ਨਜ਼ਰ ਆ ਰਿਹਾ, ਇਹਦੇ ਵਿੱਚ ਸ਼ੀਸ਼ੇ ਭੰਨੇ ਹੋਏ ਆ, ਹਥਿਆਰ ਹੱਥਾਂ 'ਚ ਫੜੇ ਸੀਗੇ, ਕਿਰਪਾਨਾਂ ਸੀਗੀਆਂ, ਕੋਈ ਬੇਸ ਬੈਟ ਸੀ, ਤਾਂ ਕਾਫੀ ਨੁਕਸਾਨ ਲੋਕਾਂ ਦਾ ਕੀਤਾ। ਸੀਸੀਟੀਵੀ ਕੈਮਰੇ ਕਾਫੀ ਭਾਅ ਜੀ ਮੋਟਰਸਾਈਕਲ ਆਏ ਆ, 7 ਮੋਟਰਸਾਈਕਲ ਆਏ ਨੇ, ਜਿਹੜੇ ਤੇ 2-3 ਬੰਦੇ ਬੈਠੇ ਹੋਏ ਆ। ਇਸ ਮਾਮਲੇ ਬਾਰੇ ਦੀ ਪੁਲਿਸ ਕੰਪਲੇਂਟ ਕਰਦੀ ਹੈ ਜੀ? ਅਸੀਂ ਭਾਜੀ ਇਹੀ ਕਹਿੰਦੇ ਆ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਜਲਦੀ ਜਲਦੀ ਇਹਦੀ ਕਾਰਵਾਈ ਕਰੇ। ਪੁਲਿਸ ਆਈ ਸੀ ਰਾਤੀ, ਉਹਨਾਂ ਨੇ ਕੁਝ ਨਹੀਂ ਕੀਤਾ ਜੀ, ਤਾਂ ਵੀ ਇਸ ਤੋਂ ਜ਼ਿਆਦਾ ਘਟਨਾ ਵੱਡੀ ਹੋਵੇ ਉਹ ਤੋਂ ਬਚ ਜਾਈਏ। ਉਧਰ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਕਿ ਉਹਨਾਂ ਨੂੰ ਭਾਰਗੋ ਕੈਂਪ ਦੇ ਲੋਕਾਂ ਵੱਲੋਂ ਸ਼ਿਕਾਇਤ ਮਿਲੀ ਸੀ, ਜਿਸ 'ਚ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ। ਮਾਮਲਾ ਕਿਹੜਾ ਸਰ? ਜੋ ਦੇਰ ਰਾਤ ਸਰ ਭਾਰਗੋ ਕੈਂਪ ਤੋਂ ਜੋ ਗੱਡੀਆਂ ਦੇ ਸ਼ੀਸ਼ੇ ਵਗੈਰਾ ਤੋੜੇ ਗਏ। ਮੈਂ ਇੱਥੇ ਗੁਰਦਿਆਲ ਸਿੰਘ, ਥਾਣਾ ਭਾਰਗੋ ਕੈਂਪ ਡਿਊਟੀ ਅਫਸਰ, ਥਾਣਾ ਰਾਤ ਸਾਨੂੰ ਫੋਨ ਆਇਆ ਕਿ ਕਿਸ਼ੋਰੀ ਮੱਲਾ ਭਾਰਗੋ ਕੈਂਪ ਵਿੱਚ ਗੱਡੀਆਂ ਦੀ ਜਿਹੜੀ ਆ, ਜਿਹੜੇ ਮੁੰਡੇ ਆ 2-3 ਜਿਹੜੇ ਮੋਟਰਸਾਈਕਲਾਂ ਸਵਾਰ ਆ, ਇਹ ਸ਼ੀਸ਼ੇ ਭੰਨ ਗਏ ਆ। ਅਸੀਂ ਵੀ ਮੌਕੇ 'ਤੇ ਆਏ ਹਾਂ ਅਤੇ ਮੌਕੇ 'ਤੇ ਆ ਕੇ ਅਸੀਂ ਦੇਖਿਆ ਆ, ਅਤੇ ਅਸੀਂ ਵੀਡੀਓ ਹੁਣ ਕੈਮਰੇ ਚੈੱਕ ਕਰ ਰਹੇ ਹਾਂ, ਅਤੇ ਜਿੱਦਾਂ ਵੀ ਕੋਈ ਸਾਡੇ ਸਾਹਮਣੇ ਆਇਆ ਤਾਂ ਤੁਹਾਨੂੰ ਬਣਦੀ ਕਰ ਕਾਨੂੰਨੀ ਕਰ। ਤਕਰੀਬ ਕਿੰਨੀਆਂ ਗੱਡੀਆਂ ਦੇ ਸ਼ੀਸ਼ੇ ਤੋੜੇ ਗਏ ਨੇ? 4 ਗੱਡੀਆਂ ਦੇ ਸ਼ੀਸ਼ੇ ਤੋੜੇ ਆ। ਠੀਕ ਹੈ। ਕਾਬਲੇ ਗੌਰ ਹੈ ਕਿ ਇੱਕ ਪਾਸੇ ਪੰਜਾਬ ਭਰ 'ਚ ਅਲਰਟ ਹੈ, ਪਰ ਇਸਦੇ ਬਾਵਜੂਦ ਅਜਿਹੇ ਕਈ ਹਮਲਾਵਾਰ ਹਥਿਆਰਾਂ ਦੇ ਨਾਲ ਸ਼ਰੇਆਮ ਘੁੰਮ ਰਹੇ ਨੇ ਅਤੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ।
ਅਜਿਹੇ 'ਚ ਦੇਖਣਾ ਹੋਵੇਗਾ ਕਿ ਕੀ ਥਾਣਾ ਭਾਰਗੋ ਕੈਂਪ ਦੀ ਪੁਲਿਸ ਸ਼ਰਾਰਤੀ ਅੰਸਲਾਂ ਨੂੰ ਕਾਬੂ ਕਰਨ 'ਚ ਸਫਲ ਹੁੰਦੀ ਹੈ ਜਾਂ ਫਿਰ ਕਾਗਜ਼ੀ ਕਾਰਵਾਈ ਤੱਕ ਹੀ ਸੀਮਿਤ ਰਹਿ ਜਾਣਗੇ। ਜਲੰਧਰ ਤੋਂ ਸਿਮਰਨਜੀਤ ਸਿੰਘ ਢਿੱਲੋਂ, ਪੰਜਾਬੀ ਲੋਕ ਚੈਨਲ।